ऊपर गिर गया अगे तो अगे अगे तो अगे देखो वाकई कमाल है कमाल ही है ना जी। ਨੇੜੇ ਆਓ ਨਾ ਸ਼ੁਰੂ ਮਾਰੀ ਤਾਂ ਇਹਨੇ ਗਾਇ ਰੱਖੇ ਮੇਰੇ ਤੋਂ ਅੱਛਾ ਅੱਛੇ ਤੇ ਜੀ ਫਿਰ ਗਾਇ ਦੇਤੀ ਕਿਸੇ ਨੂੰ ਅੱਛਾ ਉਹਨੇ ਗਾਇ ਦਾ ਹੱਥ ਪਵਾ ਤੇ ਬੱਤੀ ਮਰ ਗਈ ਭਾਈ ਜੀ ਹਾਵੇ ਮਦਦ ਮਾੜੀ ਜੀ ਤਰੱਕੀ ਲੱਗੀ ਖੈਰ ਪਰ ਹੁਣ ਤਾਂ ਉੱਠੇ ਨਹੀਂ ਹੈਗੀ ਬਗਲਾ ਜਿੰਦਾ ਹਲਾ ਜਿੰਦਾ ਹਾਂ ਆ ਜਾ ਬਾਈ ਕਿਹੜੀ ਆ ਹਾਂ ਹਾਂ ਜੀ ਬਗਲਾ ਪਕਤਾ ਜੀ ਬਗਲਾ ਪਕਤਾ ਨਾ ਵੀ ਨਾ ਆ ਜਾ ਇਲਾ ਮਿੱਠਾ ਹੋ ਰਿਹਾ ਹੈ ਜੀ ਹਾਂ खड़िया माड़ा जा मोड़ कंध सिर से आनी फुट दो फुट इधर काटी ना ही गोल करी मूहरे चोलटी खेड़ी दा वृक्ष सब तो वड्डा किन्ने तो साल पुराना है जी ये बहुत पुराना जी साडे बाबे कहंदे वी 7000 पहलां दा जी ओना कलाड़ी हुंदी जी मैं गुड़ खाया और मेरे चाचे दी चकता जी पत्थर दा अच्छा मिलदा पूरा गुड़ पकाए करदे बड़दाणी कलाड़ी दी होना 4-5000 साल पुराना हां जी दादा ही होगा जी हां जी वाद होगा जी अच्छा जी ਇੱਥੇ ਕਲਾੜੀ ਦੀ ਜੀ ਥਾਉ ਡੱਬਾ ਪਿਆ ਤੁਸੀਂ ਘੁਮਾ ਕੇ ਲਾ ਕੇ ਲੈ ਆ ਰੇਡ ਬਈ ਰੇਡ ਬਈ ਲਾ ਕੇ ਬਾਗੇ ਹੈ ਜਾਣੀ ਹਾਂ ਬਾਗਰੀ ਮੇ ਤਾਂ ਕੱਟ ਦੀ ਪਛਾਣ ਵਾਲੇ ਆ ਸ਼ਰੀਰ ਨੂੰ ਲੈ ਜਾਂਦੇ ਕਿਧਰ ਮੇ ਬਾਗੇ ਨਾਲ ਨਲਾਸ ਜਾਂਦੀ ਹੈ ਇਹ ਬਾਬੇ ਦੀ ਗੰਤੀ ਆਈ ਸੀ ਆ ਥੋੜ੍ਹ ਜਾਂਦੀ ਜੀ ਬੜੀ ਆ ਸੁਣ ਲਓ ਹਾਂ ਜੀ ਬਾਬੇ ਨੇ ਰੋਕ ਦਿੱਤੀ ਏ ਅੱਛਾ ਕੰਡੀਆਂ ਕਰਦੀਆਂ ਆਪਣੀ ਖੱਤੀ ਮਾ ਵੀ ਮੈਂ ਨਹੀਂ ਲੱਗਣ ਦਿੰਦਾ ਫਿਰ ਆਫਸਰ ਹੋ ਕੇ ਬਾਹੋ ਇਕੱਠੇ ਹਾਂ ਕਹਿੰਦੇ ਵੀ ਬਾਬੇ ਤੈਨੂੰ ਪੈਸੇ ਦਵਾਂਗੇ 28 ਲੱਖ ਰੁਪਇਆ ਮਿਲਿਆ ਬਾਬੇ ਨੂੰ ਅੱਛਾ ਉਹ ਕਮੇਟੀ ਦੇ ਹੱਥ ਆ ਜੀ ਬੰਦੇ ਆ ਕਮੇਟੀ ਦੇ 7-8 नजारे ठीक हो गया ठीक हो गया वेखो चलन लग गया चलन लग गया ਫੜ ਲਓ ਜੀ ਸਾਰੇ ਹਾਂ ਚਲੋ ਜੀ ਕੋਈ ਮੰਗ ਲੈਂਦਾ ਘਰਾਂ ਵੀ ਰੱਖ ਲੈਂਦਾ ਮੈਂ ਕਿਹਾ ਹਾਂ ਰੱਖ ਲਾਂਗੇ ਜੀ 70 ਸੁੱਚੇ ਕੀ ਵਾਲੇ ਜੀ ਇਹ ਕਹਿੰਦੇ ਜੀ ਇਹਦੇ ਸਿੱਕੇ ਨਹੀਂ ਜਾਣੇ ਕਾਂਦੇ ਇਹ ਜਾਂਦੇ ਨਹੀਂ Thank you.
ਆ ਦੇਖੋ ਬਿਲਕੁਲ ਸਿੱਧੀ ਦੇਖੋ ਬਿਲਕੁਲ ਸਿੱਧੀ ਜੜ पिंड चोलटी खेड़ी नजदीक राजपुरा अंबाला रोड राजपुरा थर्मल प्लांट दे कोल ये वृक्ष बहुत पुराना वृक्ष जिदे इतिहास का शायद किसी को पता ही नहीं अंदाजे नाल दस दिंदे ने हाँ जी साढ़े सिंगला जी नाल ने मनसा सिंह जी साढ़े गोपाल जी ते साढ़े बाबा जी जिहड़े सानू इत्थे बारे जानना पा रहे ने इन्हां दे इतिहासक वृक्ष बारे दसो जी ठीक है अच्छा जी ਇਹਦੀ ਹਿਸਟਰੀ ਦੱਸ ਦਿਓ ਕਿਹੜਾ ਪਿੰਡ ਆ ਜੀ ਕਿੰਨਾ ਕੁ ਪੁਰਾਣਾ ਜੀ ਕਿਆ ਜੀ ਮਹਾਨਤਾ ਬੋਲੋ ਜੀ ਬੋਲੋ ਬਾਈ ਕਿੰਨਾ ਕੁ ਪੁਰਾਣਾ ਜੀ ਇਹ ਜੀ ਆਏ ਨਹੀਂ ਪਤਾ ਬਾਬੇ ਸਾਡੇ ਕਹਿੰਦੇ ਵੀ ਸੱਤ ਵੀ ਕਈ ਸਾਲ ਹਜ਼ਾਰ ਪਹਿਲਾਂ ਪੁਰਾਣਾ ਜੀ ਅਸੀਂ ਉਰੇ ਗੁੜ ਖਾਇਆ ਜੀ ਉਰੇ ਉਹਦੇ ਕੱਛ ਤੱਪਿਆ ਵਾ ਪੱਥਰ ਦਾ ਖੇਤ ਇਹ ਮਿਨੀਮਮ ਦੇਖਿਆ ਜਾਏ ਜੀ ਹਜ਼ਾਰਾਂ ਦੀ 5000 ਸਾਲ ਤਾਂ ਮਿਨੀਮਮ ਲਾ ਕੇ 4-5000 ਸਾਲ ਦਾ ਹੈਗਾ ਜੀ ਇਹਨਾਂ ਮੰਨ ਕੇ ਚੱਲ ਇਹਨਾਂ ਤਾਂ ਹੋਊਗਾ ਕਿਉਂਕਿ ਇਹਦਾ ਇਹਦਾ ਪੂਰਾ ਇਤਿਹਾਸ ਨਹੀਂ ਹੋਣਾ ਕਿਸੇ ਕੋਲੇ ਪੱਕੀ ਗੱਲ ਹੈ ਬਿਲਕੁਲ ਜੀ ਇਤਿਹਾਸ ਨਹੀਂ ਹੋਣਾ ਇਹਨਾਂ ਕੇ ਨਾ ਜੀ ਇੰਟਰਵਿਊ ਦਿਓ ਜੀ ਤੁਸੀਂ ਥੋੜੀ ਜੀ ਅਸੀਂ ਤੁਹਾਡੀ ਗੱਲਬਾਤ ਸਾਰੇ ਵਰਲਡ 'ਚ ਚੱਲੂਗੀ ਦੇਖੋ ਧਿਆਨ ਨਾਲ ਬੋਲਿਓ ਠੀਕ ਹੈ मेरी उम्र तो बराबरी ने अपनी उम्र छोटे छोटे खेडते उस टाइम नहीं यह पुराने पहले वाला जटा निकल के बनया टुटिया पा ना देखो जड़ पट्टी पीओ पट्टी पीओ मोढ़ा देखो हां टूट गया जी गर्मियां च टुटदा हा ज्यादा आ देखो आ टुटिया टुटिया है जी ये भी टुटा है इधर दिखा दो जी ओ नहीं ये भी टुटा है जी ये भी टुटा है इधर जो निकले हुए ने हां जी ओही अरे हो जाने आगे ਅੰਦਰ ਕੜ ਲੱਕ ਮੋਢੇ ਗਿਰ ਗਿਆ ਆ ਲੱਗਿਆ ਐਕਣਾ ਵਾਧਾ ਵਾਧਾ ਉਹ ਲੱਗ ਗਈ ਗਾਂ ਵਧਿਆ ਵਾ ਜੀ ਹੈ ਇੱਕੇ ਜੜਦਾ ਸਾਰਾ ਜੀ ਉੱਪਰ ਲੈ ਜਾਈਏ ਸਾਰਾ ਪਰਿਵਾਰ ਅੱਛਾ ਵਾਹ ਕੀ ਬਾਤ ਹੈ
ਇਹਦੀ ਪਰਿਵਾਰ ਦੀ ਕੀ ਹਿਸਟਰੀ ਕਹਿੰਦੇ ਨੇ ਤੁਸੀਂ ਕਹਿੰਦੇ ਸੀ ਨਾ ਵੀ ਬੋਟੇ ਹੀ ਦੱਬਤੀ ਹਾਂਜੀ ਭਭੂਤੀ ਜੀ ਭਭੂਤੀ ਉਹ ਤਾਂ ਜੀ ਕੋਈ ਬੁੜੀ ਸਿੰਘ ਬਣਾਉਂਦੇ ਆ ਪਿੰਡ ਦੀ ਸਲੇਪਰ ਦੀ ਇੱਥੇ ਸਫਾਈ ਕਰਨ ਆਉਂਦੇ ਸੀਗੇ ਹਾਂਜੀ ਉਹਨਾਂ ਨੇ ਜੀ ਉਹ ਕਹਿੰਦਾ ਬਾਬਾ ਬੈਠਾ ਤਾਂ ਉਹਨਾਂ ਨੇ ਕਿਹਾ ਵੀ ਕਿਆ ਤਕਲੀਫ ਹੈ ਉਹ ਕਹਿੰਦੀ ਬਾਬੇ ਮੇਰੇ ਪਾ ਬੱਚਾ ਨਹੀਂ ਕੋਈ ਉਹਨਾਂ ਭਭੂਤੀ ਦੇ ਜੀ ਦੋ ਪੁੜੀਆਂ ਖਾਨੀ ਪੰਜ ਪੁੜੀਆਂ ਚੱਕ ਧੂਣੇ ਦੀ ਉਹ ਘਰਾਂ ਲੈ ਗਈ ਜੀ ਉਹਦੇ ਘਰ ਦਾ ਵਾਲੇ ਨੇ ਵਿਸ਼ਵਾਸ ਨਹੀਂ ਕਰਿਆ ਕਹਿੰਦਾ ਲਾਦਾ ਸਵਾਹ ਆਏ ਮੋੜ ਆ ਉੱਥੀ ਉਹ ਮੋੜ ਨਾ ਗਈ ਜੀ ਦੂਏ ਦਿਨ ਉਹ ਬਾਬੇ ਨੇ ਗੁੱਸੇ ਮੈਂ ਧੂਣੇ ਮੈਂ ਦੱਬਤੀ ਕਹਿੰਦਾ ਜਾ ਮਾਈ ਉਹ ਸਿੰਬਰਨ ਲੱਗ ਗਈ ਜੀ ਆਈ ਗਈ ਸਿੰਬਰਨ ਤਾਂ ਤਿੰਨ ਚਾਰ ਦਿਨ ਹੋ ਗਏ ਜੀ ਕਹਿੰਦੀ ਐਡੀ ਕੁ ਬਰੋਟੀ ਦਿਖੀ ਆ ਮੈਨੂੰ ਜਿੱਡੀ ਕੁ ਉਹ ਖੜੀ ਆਈ ਛੋਟੀ ਜੀ ਅੱਛਾ ਜੀ ਤਾਂ ਜੀ ਫਿਰ ਉਹ ਘਰ ਵਾਲੇ ਨੂੰ ਦਿਖਾਉਣ ਲਿਆ ਜੀ ਘਰੋਂ ਦੱਸਿਆ ਉਹ ਦੇਖਣ ਆਇਆ ਜੀ ਤਾਂ ਜੀ ਫਿਰ ਦੇਖ ਕੇ ਉਹ ਹੈਰਾਨ ਹੋ ਗਿਆ ਵੀ ਜੇ ਅਸੀਂ ਲੈ ਦਿੰਦੇ ਤਾਂ ਚੰਗੇ ਤੇ ਬੱਚਾ ਪੈਦਾ ਹੋ ਜਾਂਦਾ ਕਹਿੰਦੇ ਜੀ ਉਹਨਾਂ ਵਿਸ਼ਵਾਸ ਨਹੀਂ ਕਰਿਆ ਬਾਬੇ ਨੇ ਕਹਿੰਦਾ ਇੱਥੇ ਚੱਕਰ ਦਿਖਾ ਕਹਿੰਦੇ ਉਹਨਾਂ ਸਾਥ ਨਾ ਐਂ ਕਹਿਤਾ ਦੱਬ ਕੇ ਵੀ ਇੱਥੇ ਚੱਕਰ ਦਿਖਾ ਭਾਜੀ ਫਿਰ ਉਹ ਵੱਧਦੀ ਵੱਧਦੀ ਵੱਧ ਗਈ ਐਕਣ ਦੇਖੋ ਜੀ ਅਸੀਂ ਜੜ ਲਾਈ ਤੀ ਉਹ ਵਿੱਚ ਨੂੰ ਨਿਕਲੇ ਹਾਲ ਦੇ ਅੰਦਰ ਲਾਈ ਵੀ ਹੈ ਜੀ ਐਡੀ ਮੋਟੀ ਹੋ ਗਈ ਆਹ ਟੁੱਟ ਗਈ ਇੱਕ ਵਾਰੀ ਅੰਨੀ ਮੈਂ ਉੱਪਰ ਤੇ ਉਹ ਮੇਨ ਛਾਤਰੀ ਹੁਣ ਜਿਹੜਾ ਬੜਾ ਗਿਰ ਗਿਆ ਉਹਦੇ ਨਾਲ ਉਹਦੀ ਆਹੀ ਆਹੀ ਛਾਤਰੀ ਨਿਸ਼ਾਨੀ ਰਹਿ ਗਈ ਜੀ ਉੱਪਰ ਹਾਲ ਪਰ ਯਾਨੀ ਅੰਦਰ ਉਹੀ ਨਿਸ਼ਾਨੀ ਰਹਿ ਗਈ ਅੱਛਾ ਲੈਣ ਲਈ ਹੀ ਰਾਤ ਵਾਸਤੇ ਹਾਂਜੀ ਬਲਬ ਚੱਕਦੇ ਨੇ ਹਾਂਜੀ ਹਾਂ ਬਹੁਤ ਹੈ ਜੀ ਆਕੇ ਫਿਰ ਲੱਗੇ ਚੋਰਾਂ ਕਰਕੇ ਜੀ ਦਿਵਾਲੀ ਦੇ ਤਿੰਨ ਦਿਨ ਪਹਿਲਾਂ ਸਮਾਇਕੀ ਜੇ ਵੜ ਗਏ ਤਿੰਨ ਮੁੰਡੇ ਜੇ ਇੱਧਰ ਪਿੱਛੇ ਘਰ ਹੈ ਜੀ ਮੇਰੇ ਭਤੀਜਿਆਂ ਦਾ ਉਹ ਫੌਜ ਦਾ ਆਰਮੀ 'ਚ ਉਹਨਾਂ ਫਿਰ ਗੋਲੀ ਚਲਾਤੀ ਇੱਧਰ ਆਣ ਕੇ ਟਰੈਕਟਰ ਕੱਢ ਲਿਆ ਟਰਾਲੀ 'ਚੋਂ ਪਿੰਡ 'ਤੇ ਆ ਕੇ ਬੰਦੇ ਸਰਕਾਰ ਪੂਰੇ ਤੋਂ ਕੀ ਲੈ ਕੇ ਜਾਣਗੇ ਕੁਛ ਨਹੀਂ ਜੀ ਬਾਬੇ ਦਾ ਸਿਰ ਪਾੜਦਾ 40 ਟਨ ਨਸ਼ੇੜੀਆਂ ਦਾ ਕੰਮ ਇਹੀ ਹੈ ਮਾਈ ਹੈ ਇੱਕ ਚੇਲਾ ਔਰ ਇਹ ਵੀ ਜਾਗਦੇ ਰਹਿੰਦੇ ਰਾਤ ਨੂੰ ਦਿਨ ਮਾ ਸੌਂ ਜਾਂਦੇ ਹੁਣ ਅਸੀਂ ਇੱਧਰ ਮੁੰਡੇ ਨੂੰ ਟੈਲੀਫੋਨ ਪਿੰਡ ਵੀ ਦੇਵੇ ਜੀ ਨੰਬਰ ਜਦੋਂ ਇਕੱਠਾ ਹੋ ਜਾਂਦਾ ਪਿੰਡ ਜਦੋਂ ਤੁਰਦੇ ਚੱਲੇ ਆ ਪਿੱਛੇ ਇੱਧਰ ਨਿਕਲਦੇ ਆ ਇੱਧਰ ਰਸਤਾ ਹੈ ਅੱਗੇ ਟਰਾਲੀਆਂ ਭਰ ਭਰ ਕੇ ਅੰਨੀਆਂ ਜੜਾਂ ਨਿਕਲੇ ਥੱਲੇ ਇਹ ਇੰਨੇ ਡੂੰਘੇ ਜੀ ਬਹੁਤ ਡੂੰਘੀਆਂ ਜੜਾਂ ਅੰਨੀਆਂ ਜੀਆਂ ਜੜਾਂ ਜੀ ਬਹੁਤ ਡੂੰਘੀ ਸਪੋਰਟ ਹੈ ਥੱਲੇ ਆਪੇ ਸਪੋਰਟ ਲੈ ਸੀ ਇਹ ਆਪ ਸਿਰੇ ਤੇ ਹੀ ਲਈ ਪਿਆ ਜੀ ਸਪੋਰਟ ਆ ਜਾ ਰਹੀ ਹੈ ਪਾਸੇ ਆ ਹੈ ਨਾ ਜਿਹੜੀ ਆ ਜੜਾਂ ਇਹ ਇਹਦੇ ਨਾਲੇ ਹੋ ਜਾਂਦੀ ਹਾਂਜੀ ਇਹੀ ਉਰੇ ਨੂੰ ਮੋਟਰਸਾਈਕਲ ਕੱਢ ਲੈਣੇ ਆ ਲੱਖ ਜਾਂ ਬੱਚੇ ਲੱਖ ਦੇ ਆ ਪਿੱਛੇ ਆ ਲਾਈਨ ਲੰਘਦੀ ਹੈ ਨਾਲੋਂ ਥਰਮਲ ਵਾਲੀ ਹੈ ਨਾ ਆ ਥਰਮਲ ਵਾਲੀ ਹੈ ਸੁਣ ਬੜੀ ਸੁਣ ਜਾਂਦੀ ਉਹ ਮੁੰਡਾ ਲੈ ਗਿਆ ਜੀ ਸਾਈਕਲ ਮੇਰਾ ਖੜੇ ਦੋ ਰਿਹਾ ਪਰਲਾ ਟਾਣਾ ਦੇਖੋ ਲਾਈਨ ਦੇ ਕੋਲੇ ਚਲੇ ਗਿਆ ਠੰਡਾ ਰਹਿੰਦਾ ਰੋਹੀ ਚ ਜਿਕਣਾ ਮਰਜੀ ਸੌਂ ਜੋ ਆ ਫਿਰ ਹੁਣ ਫਿਰ ਪੱਤੇ ਚੜੀ ਜਾਂਦੇ ਚੋਲਟੀ CHOLL CHOLTI ਮੈਂ ਫੇਰ ਚੱਕ ਲੂੰਗਾ ਥੱਲਾ ਰੱਖ ਦਿੰਦਾ ਇੱਕ ਕੱਖਾਂ ਵਾਲਾ ਹੁੰਦਾ ਜੀ ਉਹ ਝੁਗ ਲੈ ਜਾਂਦਾ ਰਾਜਪੁਰੇ ਦਾ ਥਰਮਲ ਪਲਾਂਟ ਰਾਜਪੁਰੇ ਮੇਨ ਤਾਂ ਕਹਿ ਦਿੰਦੇ ਨੇ ਜੀ ਹਾਂ ਹਾਂ ਇਹ ਅੰਡਰਗਰਾਊਂਡ ਨੇ ਨਾ ਅੱਗੇ ਪਾਣੀ ਪਾਈਪਾਂ ਨਾਲ ਖਾਲ ਖੁਲ ਬੰਦ ਮੋਟਰ ਕੋਲ ਤੱਕ ਹੈ ਪਾਣੀ ਬੰਦ ਹੋ ਗਿਆ ਹੁਣ ਇਹਦੇ ਹਣਸਾਲੀ ਗਏ ਹਣਸਾਲੀ ਵਾਲੇ ਬਾਬੇ ਨੇ ਦੱਸਿਆ ਵੀ ਬਰੋਕੀ ਜੜਾ ਮੈਂ ਕਰਾ ਲੈ ਵੀ ਤੂੰ ਬਰੋਕੀ ਨੂੰ ਨਾ ਰੋਕ ਤਾਂ ਪਾਣੀ ਹੋ ਗਿਆ ਮੱਥਾ ਟੇਕਿਆ ਜੀ ਪੂਰਾ ਬੋਰ ਆ ਮੋਟਰ ਵਾਲੀ ਬੋਰ ਕਰਾਇਆ ਆ ਮੋਰ ਬੈਠਾ ਜੀ ਉੱਪਰ ਜਗ੍ਹਾ ਚਾਹੀਦੀ ਹੈ ਕੁਦਰਤੀ
ਆ ਖੂ ਆ ਜੀ बंद है थलो देखो जी मित्रो ये देखो बोर्ड का वृक्ष और सदिया पुराना वृक्ष इन्होंने दर्शन करने का मौका मिले चको जी अगे भी पै दो अगे पै दो मोर दे खंभ मिले सानू ए मोर दे खंभ मिले जी हाँ एक खराब है हाँ हाँ दोस्तों ये भी एक नवा एक्सपीरियंस है साडे पंजाब च हुंदे अज पता लग्या कि एक वृक्ष बहुत पुराना बहुत ही आनंद प्रेम माहौल रखो रखो सारे टिक्की बड़ा वधिया मिल गया है आप उधर ट्राई नहीं की तो बहुत वधिया चीज़ है घरे रखने कहिंदे ने इहदे नाल कुछ सुनन च आया कहिंदे किरली वगैरह नहीं आती जे लगी हो हैं हाँ कि छिपकली का जो मूँह तो जाला लग गया ना जाला जाला बच गया जाला नहीं हूँ लग्या स्पाइडर का रुझान ज्यादा हो जाता वधना शुरू हो जाता बाथरूम पहला बाहर सीगा बहुत ज्यादा बाहर सी सर आ गया पुली पई है जी हाँ पई कोई कोई है जिहड़ी बहुत थले निकलिया शुरू हो जाए अंब लगता घट भी 20-30 किलो अंबे लगे अभी उपर चढ़ के बंदा तोड़ बंद माड़ा तूड़ी में दबे कच्चा भी है दूए दिन मिठा है गुरु को आप ही जमे गए पहले मेन रोड किधर हो गया नेड़े हां जी आ हो गया ट्रेनदार रोड ट्रेनदार रोड तो हैगा 4 किलोमीटर पट्टे है जी बाकी दा मनसा तेनु पता ही है सारा कितनो
लो जी दोस्तों, ये सी चोल्टी खेड़ा खेड़ी पिंड दा बहुत पुराना वृक्ष। धन्यवाद तेरा।